ਲੁਧਿਆਣਾ ਪਿੱਖੀਵਿੰਡ ਦੇ ਗੁਰਦੁਆਰਾ ਸਾਹਿਬ ਦੇ ਬਾਥਰੂਮਾਂ ਵਿੱਚ ਨੌਜਵਾਨਾਂ ਵੱਲੋਂ ਪੀਤੀ ਜਾਂਦੀ ਹੈ ਹੀਰੋਇਨ। ਲਾਏ ਜਾਂਦੇ ਹਨ ਟੀਕੇ ਜਿਸ ਦੀ ਵੀਡੀਓ ਹੋਈ ਤੇਜ਼ੀ ਨਾਲ ਸੋਸ਼ਲ ਮੀਡੀਆ ਤੇ ਵਾਇਰਲ। ਤੁਸੀਂ ਵੀ ਦੇਖੋ ਕੀ ਹੈ ਪੂਰਾ ਮਾਮਲਾ। ਪਿੱਖੀਵਿੰਡ ਤੋਂ ਬਿਊਰੋ ਰਿਪੋਰਟ ਲਾਈਵ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਦੁਆਰਾ ਬਾਬਾ ਦੀਪ ਸਿੰਘ ਮੇਰੀ ਮੈਨੇਜਰ ਦੀ ਡਿਊਟੀ ਹੈ। ਮੈਂਜਰ ਸਾਹਿਬ, ਆ ਜਿਹੜੇ ਗੁਰਦੁਆਰਾ ਸਾਹਿਬ ਇੱਕ ਨੌਜਵਾਨ ਦੀ ਵੀਡੀਓ ਵਾਇਰਲ ਹੋ ਰਹੀ ਹੈ ਕਿ ਬਾਥਰੂਮ ਦੇ ਵਿੱਚ ਸਮੈਕ ਪੀ ਰਿਹਾ, ਕੀ ਇਹ ਸਾਰਾ ਮਸਲਾ ਜੀ? ਬਾਬਾ ਜੀ, ਇੱਥੇ ਤਾਂ ਸਮੈਕ ਵਾਲੇ ਤਾਂ ਡੇਲੀ ਆਉਂਦੇ ਜੀ, ਅਤੇ ਆਏ ਦਿਨ ਹੀ ਕੋਈ ਨਾ ਕੋਈ ਨਵਾਂ ਹੀ ਆ ਜਾਂਦਾ, ਜਿਹਨੂੰ ਵੇਖ ਲਈਦਾ ਉਹਨੂੰ ਰੋਕੀਦਾ ਵੀ ਆ, ਅੱਗੋਂ ਲੜਦੇ ਵੀ ਆ। ਅਤੇ ਕਈ ਚੋਰੀ ਛੱਪੇ ਹੁਣ ਆਹੀ ਆਪਦੇ ਕੰਮ 'ਚ ਬਿਜੀ ਆ, ਕੋਈ ਉੱਥੇ ਚੋਰੀ ਛੱਪੇ, ਕੋਈ ਪੀ ਜਾ ਰਿਹਾ, ਕੋਈ ਕੁਛ ਕਰ ਰਿਹਾ, ਕੋਈ ਕੁਛ ਕਰ ਰਿਹਾ, ਕੰਟਰੋਲ ਨਹੀਂ ਹੋ ਰਿਹਾ। ਮੈਨੂੰ ਸਾਹਿਬ ਇਹ ਵੀ ਪਤਾ ਲੱਗਾ ਕੋਈ ਨਸ਼ੇ ਦੇ ਟੀਕੇ ਲਾ ਕੇ ਅਤੇ ਸਰਿੰਜਾਂ ਦੇ ਨਾਲ ਖੂਨ ਦੇ ਜਿਹੜੇ ਧੱਬੇ ਆ ਉਹ ਤਾਂ ਬਾਬਾ ਜੀ ਦਰਵਾਜ਼ਾ ਬਿਲਕੁਲ ਇਹ ਲਬੇੜ ਕੇ ਜਾਂਦੇ ਆ, ਸਰਿੰਜਾਂ ਭਰ ਕੇ ਅਤੇ ਖੂਨ ਦੀਆਂ ਅਤੇ ਦਰਵਾਜ਼ੇ ਦੇ ਮਾਰ ਕੇ ਜਾਂਦੇ ਆ। ਉਹ ਡੇਲੀ ਸਾਨੂੰ ਕੋਈ ਨਾ ਕੋਈ ਇੱਕ ਅੱਧਾ ਦਰਵਾਜ਼ਾ ਇੱਦਾਂ ਦਾ ਮਿਲਦਾ। ਕੀ ਮੰਗ ਕਰਦੇ ਤੁਸੀਂ? ਅਸੀਂ ਤਾਂ ਸਰਕਾਰ ਤੋਂ ਮੰਗ ਕਰਦੇ ਹਾਂ ਵੀ ਇਹਨਾਂ ਨਸ਼ਿਆਂ 'ਤੇ ਠੱਲ ਪਾਈ ਜਾਵੇ ਜੀ, ਕੰਟਰੋਲ ਕੀਤਾ ਜਾਵੇ ਜਿੰਨਾ ਵੀ ਹੋ ਸਕਦਾ ਜੀ, ਘੱਟੋ ਘੱਟ ਗੁਰੂ ਘਰਾਂ ਦੀ ਮਰਿਆਦਾ ਨੂੰ ਤਾਂ ਕਾਇਮ ਰੱਖਿਆ ਜਾਵੇ, ਹੋਰ ਤਾਂ ਨਹੀਂ ਕੁਛ। ਮੇਰਾ ਨਾਮ ਨਰਿੰਦਰ ਕੁਮਾਰ ਧਵਨ ਜੀ, ਉਮਰ ਏਡ ਮੁਖੌਰਚ ਦੇ ਮੈਂ ਕੌਮੀ ਪ੍ਰਧਾਨ ਹਾਂ। ਅਤੇ ਅੱਜ ਕੱਲ੍ਹ ਜੋ ਹੋ ਰਿਹਾ ਆ ਨਸ਼ੇ ਪ੍ਰਤੀ ਬਹੁਤ ਨਿੰਦਯੋਗ ਆ, ਜਿਹੜੇ ਧਰਮ ਸਥਾਨ ਨਹੀਂ ਬਖਸ਼ੇ ਜਾ ਰਹੇ। ਅਤੇ ਮੈਂ ਇਹੋ ਹੀ ਮੰਗ ਕਰਦਾ ਹਾਂ ਮਾਨ ਸਰਕਾਰ ਤੋਂ ਕਿ ਇਹਨਾਂ 'ਤੇ ਠੱਲ ਪਾਈ ਜਾਵੇ, ਕਿਉਂ ਕਮ ਸੇ ਕਮ ਧਰਮ ਸਥਾਨ ਤਾਂ ਇਹਨਾਂ ਨੂੰ ਬਖਸ਼ ਦੇਣੇ ਚਾਹੀਦੇ ਆ। ਇਹ ਪੰਜਾਬ ਦੇ ਵਿੱਚ ਸਰਕਾਰ ਆਉਣ ਤੋਂ ਪਹਿਲਾਂ ਉਹਨਾਂ ਨੇ ਇਹ ਗੱਲ ਦੀ ਸਹੁੰ ਖਾਧੀ ਸੀ ਕਿ ਨਸ਼ੇ ਪੰਜਾਬ 'ਚ ਖਤਮ ਕਰ ਦਿੱਤੇ ਜਾਣਗੇ, ਜਿਵੇਂ ਕਾਂਗਰਸ ਸਰਕਾਰ ਨੇ ਕਿਹਾ ਸੀ। ਉਸ ਤੋਂ ਬਾਅਦ ਇਹਨਾਂ ਆਮ ਆਦਮੀ ਪਾਰਟੀ ਨੇ ਲੋਕਾਂ ਨਾਲ ਵਾਅਦੇ ਕੀਤੇ, ਲੋਕ ਕਹਿੰਦੇ ਸੀ ਇਹ ਬਦਲਾਅ ਚਾਹੁੰਦੇ ਆ, ਲੇਕਿਨ ਬਦਲਾਅ ਜਿਹੜਾ ਵਾ ਉਹ ਨਹੀਂ ਹੋਇਆ। ਕੀ ਉਹਦੇ ਬਾਰੇ ਤੁਸੀਂ ਕਹਿ ਦਿੰਦੇ ਨਸ਼ਿਆਂ ਦੇ? ਵੇਖੋ ਜੀ, ਸਰਕਾਰਾਂ ਝੂਠੇ ਵਾਅਦੇ ਕਰ ਦਿੰਦੇ ਹੀ ਆ, ਸੋਵਾਂ ਹਰ ਕੋਈ ਖਾ ਜਾਂਦੇ ਆ, ਠੀਕ ਹੈ ਨਾ। ਕਾਂਗਰਸ ਨੇ ਖਾਧੇ ਅਤੇ ਇਹਨਾਂ ਨੇ ਮਾਨ ਸਾਹਿਬ ਨੇ ਖਾਧੇ। ਇਹਨਾਂ ਦਾ ਇਹੋ ਹੀ ਆ ਲਕਸ਼ ਵੀ ਜਿੰਨਾ ਚਿਰ ਨਸ਼ਾ ਖਤਮ ਨਹੀਂ ਹੁੰਦਾ, ਨਸ਼ਾ ਚੱਲਦਾ ਰਹੇ ਤਾਂ ਇਹਨਾਂ ਦਾ ਬੈਨੀਫਿਟ ਆ। ਅਗਰ ਨਸ਼ਾ ਇਹ ਖਤਮ ਕਰ ਦਿੰਦੇ ਤਾਂ ਬੈਨੀਫਿਟ ਇਹਨਾਂ ਦਾ ਖਤਮ ਹੋ ਜਾਂਦਾ, ਕਿਉਂ ਇਹਨਾਂ ਦੇ ਸਿਪਾ ਸਲਾਹ ਜਿਹੜੇ ਉਹ ਨਸ਼ਾ ਵੇਚ ਰਹੇ ਨੇ ਉਹ ਵਿਕਾ ਰਹੇ ਨੇ। ਤੁਸੀਂ ਫਿਰ ਨਸ਼ਾ ਕਿਹਨੂੰ ਘਟਿਆ ਜਾਂ ਵਧਿਆ ਜੀ? ਵਧਿਆ ਜੀ, ਮਹਿੰਗਾ ਹੋਇਆ, ਵਧਿਆ ਆ, ਘਟਿਆ ਕੋਈ ਨਹੀਂ। ਕੀ ਮੰਗ ਕਰਦੇ ਸਰਕਾਰ? ਮੰਗ ਇਹੋ ਹੀ ਕਰਦੇ ਹਾਂ ਵੀ ਵਾਕਈ ਜੇ ਮਾਨ ਸਰਕਾਰ ਚਾਹੁੰਦੀ ਆ ਵੀ ਮੈਂ 2026 ਦੇ ਵਿੱਚ 27 ਦੇ ਵਿੱਚ ਫਿਰ ਮੈਂ ਆਵਾਂ, ਅਤੇ ਨਸ਼ਾ ਇਹਨਾਂ ਨੂੰ ਖਤਮ ਕਰਨਾ ਚਾਹੀਦਾ। ਨੌਜਵਾਨ ਜਿਹੜੀ ਆ ਬਿਲਕੁਲ ਖਤਮ ਹੋਣੀ ਜਾ ਰਹੀ ਆ, ਜਿਹੜੇ ਆ ਧਰਮ ਸਥਾਨਾਂ ਦੇ ਵਿੱਚ ਬਹਿ ਕੇ ਅਤੇ ਨਸ਼ਾ ਕਰਦੇ ਪਏ ਨੇ, ਬਹੁਤ ਨਿੰਦਣਯੋਗ ਆ।